एवरीवन वेलकम और वेलकम बैक टू माय चैनल बीए भाग 3 सेमेस्टर 6 पंजाबी लाजिमी ਦਾ ਅਪਡੇਟਡ ਸਿਲੇਬਸ ਲੈ ਕੇ ਮੈਂ ਹਾਜ਼ਰ ਹਾਂ 2022 23 23 24 ਅਤੇ 24 25 ਇਹ ਹੀ ਸਿਲੇਬਸ ਫੋਲੋ ਹੋਊਗਾ ਸੋ ਪਾਸਿੰਗ ਮਾਰਕਸ ਨੇ ਜਿਹੜੇ ਤੁਹਾਡੇ ਪੇਪਰ ਦੇ ਵਿੱਚੋਂ 26 ਨੇ ਕਿਉਂਕਿ 75 ਨੰਬਰ ਦਾ ਪੇਪਰ ਆਏਗਾ ਰੈਗੂਲਰ ਵਾਲਿਆਂ ਨੂੰ ਠੀਕ ਹੈ 26 ਨੰਬਰਾਂ ਦੇ ਉਹਦਾ ਪਾਸਿੰਗ ਮਾਰਕਸ ਹੈ ਅਤੇ ਇੰਟਰਨਲ 25 ਦੀ ਹੋਏਗੀ ਜਿਹਦੇ ਵਿੱਚੋਂ 9 ਲੈਣੇ لازਮੀ ਨੇ ਟੋਟਲ ਜਿਹੜੇ ਨੇ 35 ਮਾਰਕਸ ਵਾਲਾ ਪਾਸ ਹੈ ਠੀਕ ਹੈ ਜੀ ਸੋ ਇਹ ਰੈਗੂਲਰ ਵਾਲਿਆਂ ਦਾ ਡਿਸਟੈਂਸ ਵਾਲਿਆਂ ਦਾ ਤੇ ਪ੍ਰਾਈਵੇਟ ਤਿੰਨਾਂ ਦਾ ਸਿਲੇਬਸ ਸੇਮ ਹੁੰਦਾ ਹੈ ਬੁక్స్ ਪੈਟਰਨ ਸਭ ਕੋ ਸੇਮ ਹੁੰਦਾ ਹੈ ਮਾਰਕਿੰਗ ਸਕੀਮਾ ਦਾ ਡਿਫਰੈਂਸ ਹੋ ਜਾਂਦਾ ਹੈ ਗੱਲ ਕਰੀਏ ਬੁక్స్ ਦੀ ਤਾਂ ਲੋਕਤਾਰਾ ਜਿਹੜੀ ਹੈਗੀ ਹੈ ਲੋਕਤਾਰਾ ਦੀ ਭੂਮਿਕਾ ਸੰਪਾਦਕ ਨੇ ਡਾਕਟਰ ਭਵਿੰਦਰ ਸਿੰਘ ਖਹਿਰਾ ਅਤੇ ਸੁਰਜੀਤ ਸਿੰਘ 8+8 ਮਤਲਬ ਕਿ 16 ਮਾਰਕਸ ਐ ਇਥੋਂ ਜਿਹੜਾ ਹੈਗਾ ਆਊਗਾ ਪਾਕ ਊੜਾ ਦੇ ਵਿੱਚੋਂ ਪਾਕ ਆੜਾ ਦੀ ਗੱਲ ਕਰੀਏ ਅਨੁਵਾਦ ਸਿਧਾਂਤ ਪ੍ਰਕਾਰਜ ਅਤੇ ਵੰਗੀਆਂ ਦੇ ਵਿੱਚੋਂ ਦੀ ਅਨੁਵਾਦ ਸਿਧਾਂਤ ਅਨੁਵਾਦ ਕੀ ਹੈ ਮਹੱਤਵ ਅਤੇ ਪ੍ਰਕਾਰਜ ਅਨੁਵਾਦ ਦੀਆਂ ਵੰਗੀਆਂ ਸਾਹਿਤਿਕ ਪ੍ਰਕਾਸ਼ ਕੀ ਕਿਤਾ ਮੁਖੀ ਤਕਨੀਕੀ ਅਨੁਵਾਦ ਜਿਹੜਾ ਹੈ ਪੁੱਛਿਆ ਜਾਊਗਾ 10 ਮਾਰਕਸ ਅਨੁਵਾਦ ਹੈ ਵਿਹਾਰਕ ਅਭਿਆਸ ਸਾਹਿਤਿਕ ਰਚਨਾ ਅੰਗਰੇਜ਼ੀ ਜਾਂ ਹਿੰਦੀ ਚੋਂ ਇੱਕ ਪੈਰੇ ਚੋਂ ਬੰਦ ਖੰਡ ਜਾਂ ਫਿਰ ਨਿੱਕੀ ਕਵਿਤਾ ਦਾ ਪੰਜਾਬੀ ਅਨੁਵਾਦ ਕਿਹਾ ਜਾਏਗਾ ਸੋ ਇਹ 5 ਮਾਰਕਸ ਹੈ ਵਿਆਕਰਣ ਦੇ ਵਿੱਚ ਉਪਵਾਕ ਪਰਿਭਾਸ਼ਾ ਬਣਤਰ ਪ੍ਰਕਾਰਜ ਕਿਸਮਾਂ ਵਾਕ ਪਰਿਭਾਸ਼ਾ ਬੰਤਰ ਪ੍ਰਕਾਰཅ ਕਿਸਮਾਂ ਵਾਕਾਤਮਕ ਜੁਗਤਾ ਮੇਲ ਅਤੇ ਅਧਿਕਾਰ ਵਿਹਾਰਕ ਵਿਆਕਰਣਕ ਵਿశ్ਲੇਸ਼ਣ ਜਿਹੜਾ ਹੈ ਸੋ ਇਹ 10 4 14 ਅੰਕਾਂ ਦਾ ਇੱਥੋਂ ਉੱਛੇ ਜਾਏਗਾ ਪਾਗ ਈੜੀ ਦੀ ਗੱਲ ਕਰੀਏ ਸਾਰੇ ਦੇ ਸਾਰੇ ਠੀਕ ਹੈ ਹੋਲ ਸਿਲੇਬਸ ਚ ਤੁਹਾਡੇ ਸੰਖੇਪ ਕੁਐਸਚਨ ਸ਼ਾਰਟ ਕੁਐਸਚਨ ਪੁੱਛੇ ਜਾਣਗੇ 15 ਦੁਣਾ 30 ਮਤਲਬ ਕਿ 15 ਪੁੱਛੇ ਜਾਣਗੇ 2-2 ਮਾਰਕਸ ਦੇ ਯਾਨੀ ਕਿ 30 ਮਾਰਕਸ ਦੇ ਵਿੱਚੋਂ ਆਊਗਾ ਉਸ ਤੋਂ ਬਾਅਦ ਚ ہدایتਾਂ ਜਿਹੜੀਆਂ ਨੇ ਜਿਹੜਾ ਪੇਪਰ ਸੈਟਲ ਕਰੇਗਾ ਠੀਕ ਹੈ ਪ੍ਰੀਖਿਆ ਆਰਟੀ ਨੇ ਸਟੂਡੈਂਟਸ ਅਧਿਆਪਕਾਂ ਲਈ ਪੇਪਰ ਸੈਟਲ ਲਈ ਜਿਹੜੀਆਂ ਨੇ ਸੋ ਇਹਦੇ ਵਿੱਚ ਹਦਾਇਤਾਂ ਕੀ ਨੇ ਕਿ ਪਾਕ ਊੜੇ ਦੇ ਵਿੱਚ ਪਹਿਲੇ ਕੁਸ਼ਣ ਦੇ ਊੜੇ ਪਾੜ ਦੇ ਵਿੱਚ ਤੁਹਾਨੂੰ ਕੋਈ ਦੋ ਲੇਖ ਦਿੱਤੇ ਜਾਣਗੇ ਲੋਕਤਾਰਾ ਦੀ ਭੂਮਿਕਾ ਦੇ ਵਿੱਚੋਂ ਜਿਨ੍ਹਾਂ ਚ ਤੁਸੀਂ ਇੱਕ ਦਾ ਵਿਸ਼ਾ ਵਸਤੂ ਜਾਂ सार ਕਰਨਾ ਹੈ ਠੀਕ ਹੈ ਸੋ ਦੋ ਦੇ ਵਿੱਚੋਂ ਇੱਕ ਕਰਨਾ ਹੈ 8 ਮਾਰਕਸ ਦਾ ਆੜੇ ਦੇ ਵਿੱਚ ਲੋਕਤਾਰਾ ਦੀ ਭੂਮਿਕਾ ਵਿੱਚ ਚਾਰ ਛੋਟ ਕਵੈਸ਼ਨ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਦੋ ਦਾ ਉੱਤਰ ਦੇਣਾ ਹੈ 8-10 ਲਾਈਨਾਂ ਦੇ ਵਿੱਚ ਮਤਲਬ ਕੀ 4 2 8 ਠੀਕ ਹੈ ਚਾਰ ਕਵੈਸ਼ਨ ਤੁਹਾਨੂੰ ਦਿੱਤੇ ਹੋਣਗੇ ਠੀਕ ਹੈ ਦੋ ਤੁਸੀਂ अटेम्प्ट ਕਰਨੇ ਆ ਇੱਕ ਕਵੈਸ਼ਨ ਜਿਹੜਾ ਹੈ ਤੁਹਾਡੇ 4 ਮਾਰਕਸ ਆਊਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਆੜਾ ਸੈਕਿੰਡ ਦਾ ਜਿਹੜਾ ਊੜਾ ਹੈ ਅਨੁਵਾਦ ਸਿਧਾਂਤ ਪ੍ਰਕਾਰਜ ਬਨਗੀਆਂ ਚੋਂ ਤੁਹਾਨੂੰ ਦੋ ਵਰਨਾਤਮਕ ਕੋਸ਼ਨ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਆਨਸਰ ਦੇਣਾ ਹੈ ਠੀਕ ਹੈ ਦੋ ਦੇ ਵਿੱਚੋਂ ਆਪਸ਼ਨ ਹੋਊਗੀ ਤੁਸੀਂ ਇੱਕ ਕਰਨਾ ਹੈ ਜਿਹੜਾ ਮਰਜੀ 10 ਅੰਕ ਦਾ ਆਲੇ ਦੇ ਵਿੱਚ ਵਿਹਾਰਕ ਅਭਿਆਸ ਲਈ ਸਾਹਿਤਿਕ ਰਚਨਾ ਅੰਗਰੇਜ਼ੀ ਜਾਂ ਹਿੰਦੀ ਪੈਰਾਵੰਦ ਖੰਡ ਇੱਕ ਨਿੱਕੀ ਕਵਿਤਾ ਦਾ ਪੰਜਾਬੀ ਅਨੁਵਾਦ ਕਰਨ ਲਈ ਕਿਹਾ ਜਾਏਗਾ 5 ਅੰਕ ਦਾ ਇਹ ਬਲਾ ਕੁਐਸਚਨ ਹੋਊਗਾ ਠੀਕ ਹੈ ਜੀ ਸੋ ਆਪਾਂ ਕਹਿ ਸਕਦੇ ਹਾਂ ਸੈਕੰਡ ਕੋ ਜਿਹੜਾ ਹੈ ਕੋਸ਼ਨ ਦੇ ਵਿੱਚ ਊੜਾ ਐੜਾ ਦੇ ਵੀ 15 ਨੰਬਰ ਦਾ ਆਊਗਾ ਥਰਡ ਦੀ ਗੱਲ ਕਰੀਏ ਵਿਆਕਰਣ ਦੇ ਨਿਰਧਾਰਤ ਪਾਗ ਪਹਿਲਾ ਦੂਜਾ ਤੀਜਾ ਜਿਹੜਾ ਆਪਾਂ ਉੱਪਰ ਪੜ੍ਹ ਕੇ ਹਟੀਆਂ ਦੋ ਬਰਨਾਤਮਕ ਪ੍ਰਸ਼ਨ ਪੁੱਛ ਕੇ ਇੱਕ ਦਾ ਅਨਸਰ ਦੇਣ ਲਈ ਕਿਹਾ ਜਾਏਗਾ ਆਪਸ਼ਨ ਹੋਊਗੀ ਠੀਕ ਹੈ ਚੁਆਇਸ ਹੋਊਗੀ ਤੁਸੀਂ ਤੁਹਾਨੂੰ ਦੋ ਦਿੱਤੇ ਜਾਣਗੇ ਉਹਦੇ ਵਿੱਚ ਤੁਸੀਂ ਇੱਕ ਕਰਨਾ ਹੈ 10 ਅੰਕ ਦਾ ਇਹ ਵੀ ਹੋਊਗਾ ਵਿਆਕਰਣ ਦੇ ਨਿਰਧਾਰਤ ਸੰਧਾਨ ਚੌਥਾ ਵਾਲਾ ਜਿਹੜਾ ਹੈ ਉਹਦੇ ਵਿੱਚ ਲੋਕਧਾਰਾ ਦੀ ਭੂਮਿਕਾ ਦੇ ਵਿੱਚੋਂ ਤਿੰਨ ਵਾਕ ਦਿੱਤੇ ਜਾਣਗੇ ਅਤੇ ਉਹਨਾਂ ਦਾ ਭਾਸ਼ਾ ਦਾ ਵਿਵਹਾਰਿਕ ਵਿਆਕਰਨਕ ਵਿਸ਼ਲੇਸ਼ਣ ਕਹਿ ਕਰਨ ਲਈ ਕਿਹਾ ਜਾਏਗਾ ਇਹਦੇ ਵਿੱਚ 2 2 ਮਤਲਬ 4 ਅੰਕ ਦਾ ਇਹ ਹੋਊਗਾ ਉਸ ਤੋਂ ਬਾਅਦ ਹੈ ਪਾਗ ਈੜੀ ਪਾਗ ਈੜੀ ਦੇ ਵਿੱਚ ਕੀ ਹੈਗਾ ਚੌਥਾ ਕੁਐਸਚਨ ਹੈ ਸੰਖੇਪ ਕੁਐਸਚਨ ਪੁੱਛੇ ਜਾਣਗੇ 15 ਪ੍ਰਸ਼ਨ ਜਿਨ੍ਹਾਂ ਦੇ ਵਿੱਚੋਂ 7 ਪ੍ਰਸ਼ਨ ਜਿਹੜੇ ਹੋਣਗੇ ਲੋਕਤਾਰਾ ਦੀ ਭੂਮਿਕਾ ਵਾਲੇ ਹੋਣਗੇ ਤੇ ਵਿਆਕਰਣ ਭਾਗ ਦੇ ਵਿੱਚੋਂ 8 ਪ੍ਰਸ਼ਨ ਪੁੱਛੇ ਜਾਣਗੇ ਸਾਰੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਨੇ لازਮੀ ਹੈ 15 ਦੇ 15 ਤੁਸੀਂ ਕਰਨੇ ਆ 2 ਮਾਰਕ ਦਾ ਇੱਕ ਹੈਗਾ ਯਾਨੀ ਕਿ 30 ਮਾਰਕ ਦਾ ਤੇ ਉਸ ਤੋਂ ਬਾਅਦ ਕੀ ਹੈਗਾ ਇਹਨਾਂ ਨੇ ਅੰਦਰੂਨੀ ਇੰਟਰਨਲ ਮੁਲਾਂਕਣ ਲਈ ਵੀ ਕਿਹਾ ਹੈਗਾ ਕਿ ਹਰੇਕ ਵਿਦਿਆਰਥੀ ਵੀ ਤਿੰਨ ਪੰਨਿਆਂ ਦੀ ਇੱਕ ਸਕ੍ਰੈਪ ਬੁੱਕ ਤਿਆਰ ਕਰੇਗਾ ਹਰ ਕਿਸਮ ਦੇ ਅਨੁਵਾਦ ਹਿੰਦੀ ਅੰਗਰੇਜ਼ੀ ਅਤੇ ਪੰਜਾਬੀ ਦੇ ਕਟੋ-ਕਟਰ ਦੋ ਪੰਨੇ ਜ਼ਰੂਰ ਹੋਣਗੇ ਆਪਣੀ ਪਸੰਦ ਦਾ ਅਨੁਵਾਦ ਵਨਗੀ ਦੇ ਹੋ ਸਕਦੇ ਨੇ ਸਾਹਿਤਿਕ ਰਚਨਾਵਾਂ ਅਨੁਵਾਦ ਕਰਨ ਲਈ ਤੇ ਚਲਸਪੀ ਰੱਖਣ ਲਈ ਜਿਹੜਾ ਹੈਗਾ 20-30 ਪੰਨਿਆਂ ਦੀ ਕੋਈ ਹੋਰ ਰਚਨਾ ਦਾ ਅਨੁਵਾਦ ਵੀ ਕਰ ਸਕਦਾ ਸੋ ਅਧਿਆਪਕ ਦੀ ਨਿਗਰਾਨੀ ਵਿੱਚ ਇਹ ਕੀਤਾ ਜਾਏਗਾ ਅਤੇ ਅੰਦਰੂਨੀ ਮੁਲਾਂਕਣ ਵਿੱਚ ਅਸਾਈਨਮੈਂਟ ਦੇ ਅੰਕ ਇਸ ਸਕ੍ਰੈਪ ਬੁੱਕ ਜਾਂ ਅਨੁਵਾਦਿਤ ਰਚਨਾ ਦੇ ਆਧਾਰ ਤੇ ਦਿੱਤੇ ਜਾਣਗੇ ਸੋ ਇਹ ਹੈਗਾ ਇੰਟਰਨਲ ਅਸੈਸਮੈਂਟ ਲਈ ਇਹ ਵਾਲਾ ਪੈਰਾ ਠੀਕ ਹੈ ਜੀ ਸੋ ਏ ਸੀ ਅੱਜ ਦਾ ਵੀਡੀਓ ਬਾਕੀ ਤੁਸੀਂ ਜਿਹੜਾ ਹੈਗਾ ਇਹ ਬੁੱਕਸ ਵੀ ਤੁਸੀਂ ਫੋਲੋ ਕਰ ਸਕਦੇ ਹੋ ਸਿਲੇਬਸ ਜਿਹੜਾ ਹੈ ਮੈਂ ਟੈਲੀਗ੍ਰam ਤੇ ਪਾ ਦਿੱਤਾ ਹੈ ਇੱਕ ਵਾਰ ਚੈੱਕ ਆਊਟ ਜ਼ਰੂਰ ਕਰਿਓ ਸੋ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ